दर्शको सड़कों के चलने वाली रेलगड्डी घेर ली आप देखो भी किन्ने वट कढ़े पे बनाने वाले। थोनू मैं दस दिना भी जेडे भी स्कूल जाऊगी ना कमाल ही होजू। इदू बिना थोनू ये गल भी दस दें अमरीका तक जा रेलगड्डिया सड़कों पर चलती है दबी फिरो जिधर मर्जी कोई परवाह नहीं। तो इस वक्त मैं हैगा कितने थोनू मैं दस दी पात्रा के कोल बादशाहपुर पिंड आ समाणा भी 15-20 किलोमीटर ते पात्रा भी 20 किलोमीटर। भाई जगदीप अपने नाल होगा वीरे सत श्री अकाल। सत श्री अकाल वीर जी। चढ़दी कला वीरे आ जाओ थले उतरियो माड़ा जा। भी गल ये आ भी कमाल ही कीती पई है वीरे। पहला तुसीं एक बनाई सी लाल ये रंग वाली। हाँ जी लाल रंग दी जी। ते ए हुण ए बनाई है ए ते पहला अमरीका भी जाके आई है। हां एक अमरीका भेजी है जी आपां। अच्छा उत्थे चेत सिंह सिद्धू उहनां कोल गईयां ने झूले वगैरह भी अपनी ट्रेन भी गई उत्थे। आपां झूले बणाउने आ हैना रेल गड्डियां बणाउने हो ਸਕੂਲਾਂ ਵਾਲਾ ਸਮਾਨ ਜਿਹੜਾ ਸਲਾਈਡਰ ਸਲੂਡਰ ਕੀ ਆਪਾਂ ਮਤਲਬ ਜੋ ਇੱਕ ਛੋਟੇ ਪਿੰਗੇ ਤੋਂ ਲੈ ਕੇ ਜੇ ਵੱਡੇ ਪਲੇ ਸਟੇਸ਼ਨ ਤੱਕ ਕਿਸੇ ਤਰ੍ਹਾਂ ਦਾ ਝੂਲਾ ਫਾਈਬਰ ਚ ਪਲਾਸਟਿਕ ਚ ਹਰੇਕ ਤਰ੍ਹਾਂ ਦਾ ਆਪਾਂ ਬਣਾਉਂਦੇ ਆ। ਸਿੰਘ ਸਾਹਿਬ ਫੈਬਰੀਕੇਟਰ ਬਾਦਸ਼ਾਹਪੁਰ। ਬਾਦਸ਼ਾਹਪੁਰ ਇਹ ਨਾਮ ਆ ਵੀਰੇ ਉਹਨਾਂ ਦਾ ਵੀਰੇ। ਫਿਰ ਇਹ ਕਿੰਨੇ ਚਿਰ ਚ ਬਣ ਗਈ ਆਹ ਵੀ ਜੀ? ਹੁਣ ਤਾਂ ਮਤਲਬ 1 ਮਹੀਨੇ ਚ 3 ਕੁ ਬਣਾ ਦਿੰਦੇ ਆ। ਅੱਛਾ ਇਹਨਾਂ ਹੱਥ ਖੁੱਲ ਗਿਆ। ਹਾਂਜੀ ਹਾਂ ਉਦੋਂ ਜਦੋਂ ਆਪਾਂ ਪਹਿਲੀ 1 ਮਹੀਨੇ ਚ 1 ਬਣਾਈ ਸੀਗੀ ਹੁਣ ਆ ਮਹੀਨੇ ਚ 3। ਹਾਂਜੀ ਮੰਨ ਕੇ ਚਲੋ ਵੀ ਕੋਈ ਆਰਡਰ ਦੇ ਕੇ ਜਾਵੇ ਉਸ ਹਿਸਾਬ ਤੇ ਮਹੀਨੇ ਚ ਦੱਸਾਂ ਮਤਲਬ ਉਹਨਾਂ ਦੀ ਮਹੀਨੇ 20 ਦਿਨਾਂ ਦੇ ਵਿੱਚ ਮਤਲਬ ਉਹਨਾਂ ਨੂੰ 15 ਤੋਂ 20 ਦਿਨਾਂ ਦੇ ਵਿੱਚ ਦਾ ਆਰਡਰ ਕਨਫਰਮ ਕਰਦੇ ਆ। ਅੱਜ ਦਾ ਟਾਈਮ ਆ ਜਿਹੜਾ ਵੇਟਿੰਗ ਪੀਰੀਅਡ ਹੈਗਾ 1.5-2 ਮਹੀਨਿਆਂ ਦਾ। ਕਿਉਂਕਿ ਹੁਣ ਸਕੂਲਾਂ ਵਾਲਾ ਸਿਸਟਮ ਹੁਣ ਆਰਡਰ ਮਤਲਬ ਜਿਵੇਂ 3-4 ਆਰਡਰ ਕਨਫਰਮ ਨੇ ਪਹਿਲਾਂ ਅਡਵਾਂਸ ਆ ਸਰ ਜਾ ਕਿੱਥੋਂ ਲਿਆਂਦਾ ਇਹਦਾ? ਇਹ ਵੀ ਬਸ ਐਵੇਂ ਬਾਜ਼ਾਰ 'ਚ ਹੀ ਕਿਤੋਂ ਮਿਲ ਜਾਂਦਾ। ਬਾਕੀ ਬਾਈ ਜੀ ਕੋਈ ਦੱਸੇ ਵੀ ਆ ਵੀ ਮੰਨ ਕੇ ਚਲੋ ਕਿਸੇ ਨੇ ਕਹਿੰਦਾ ਰੇਲ ਗੱਡੀ ਉਹ ਜ਼ਮਾਨੇ ਜੀ ਦੀ ਬਣਾਉਣੀ ਆ ਪੁਰਾਣੇ ਜ਼ਮਾਨੇ ਦੀ ਬਣਾਉਣੀ ਆ ਸਾਰਾ ਕੁਝ ਕੋਈ ਮਰਜ਼ੀ ਫੋਟੋ ਦਿਖਾ ਦੇਵੇ ਆਪਾਂ ਉਦਾਂ ਦੀ ਸ਼ੇਪ ਦੇ ਦਾਂਗੇ ਇਹਨੂੰ। ਅੱਛਾ ਉਹ ਵੀ ਪ੍ਰੋਬਲਮ ਤੇ ਇੰਜਨ ਫਿਰ ਕਿਹੜਾ ਇਹਦੇ ਵਿੱਚ? ਇਹਦੇ ਵਿੱਚ ਪੈਟਰੋਲ ਇੰਜਨ ਆ ਹੁੰਡਾਈ ਦਾ ਸੈਂਟਰੋ ਕਾਰ ਵਾਲਾ। ਸੈਂਟਰੋ ਕਾਰ ਵਾਲਾ ਅੱਗੇ ਇਲੈਕਟ੍ਰੋਨਿਕ ਵੀ ਬਣਾ ਰਹੇ ਆ ਆਪਾਂ ਇਸ ਤੋਂ ਬਾਅਦ। ਅੱਛਾ ਨਵੀਂ ਟੈਕਨੀਕ ਮਤਲਬ ਜਿਹੜੀ ਇਲੈਕਟ੍ਰੋਨਿਕ ਬੈਟਰੀਆਂ ਦੀ ਚੱਲੂਗੀ ਉਹ ਵੀ ਬਣਾਵਾਂਗੇ ਅੱਗੇ ਦੇ ਛੋਟੀ ਛੋਟੀ। ਹੁਣ ਇਸ ਮਤਲਬ ਸੈਂਟਰੋ ਗੱਡੀ ਵਾਲਾ ਸਾਰਾ ਸਿਸਟਮ। ਸੈਂਟਰੋ ਗੱਡੀ ਵਾਲਾ ਸਿਸਟਮ ਆ ਸਾਰਾ। ਗੁੱਪੀ ਵੀਰ ਇੱਧਰ ਦੀ ਆ ਜਾਓ। ਆਹ ਆ ਯਾਰ ਬਹੁਤ ਆ ਹੁਟਰ ਹਟਰ ਬਾਈਕ ਹੁੰਦੀ ਆ ਲੈਡੀ ਦੀ। ਬਿਲਕੁਲ ਹੁਟਰ ਕਮਾਉਖਾ ਸਹੀ ਮੜਾ ਜਾ ਛੱਡੀ ਵੀਰੇ ਇਹ ਦੀ ਦੇਖੀ ਤਾਂ ਸਹੀ ਇਹ ਲੈ ਆ ਘੁੰਮਦੀ ਆ ਲਾਲ ਬੱਤੀ ਜੀ ਵੀ ਆ ਰਹੇ ਜੀ ਸਹੀ ਲਾਲ ਬੱਤੀ ਆਹ ਚਮਾਰੀ ਮਾਰੀ ਮਾਰੀ ਆ ਠੀਕ ਆ ਇਹਦੇ ਹਾਰਨ ਟ੍ਰੇਨ ਵਾਲੇ ਸਾਰੇ ਵਰਕਿੰਗ ਆ। ਹਾਂ ਹਾਰਨ ਟ੍ਰੇਨ ਵਾਲੇ ਲਾਏ ਆ ਸਹੀ ਆ ਤੇ ਆ ਟੱਲ ਜਿਹਾ ਵੀ ਦਿੱਤਾ ਇਹਨਾਂ ਦਾ ਲੈ ਇਹ ਰੱਸੀ ਪਾਉਣ ਵਾਲੀ ਆ ਨਾ ਆਪਣੀ ਇਹਨੂੰ ਰੱਸੀ ਪਾਉਣ ਵਾਲੀ ਰੱਸੀ ਪਾ ਕੇ ਰੈਡੀ ਹੋ ਰਹੀ ਸੀਗੀ ਅੱਜ ਇਹਦੇ ਟ੍ਰਾਇਲ ਲੈ ਰਹੇ ਸੀ ਇਹਨੂੰ ਟੈਸਟ ਡਰਾਈਵ ਚੱਲ ਰਹੀ ਆ। ਹਾਂ ਸਹੀ ਦੂਜੀ ਗੱਲ ਇਹ ਆ ਬਾਈ ਜੀ ਮਹੀਨੇ ਚ ਕਿਤੇ ਜੇ ਲਗਭਗ ਤੁਸੀਂ ਬਣਾ ਦਿੰਦੇ ਹੋ 15-20 ਦਿਨ ਤੋਂ ਲੈ ਕੇ ਮਹੀਨੇ ਤੱਕ ਦਾ ਸਮਾਂ ਲੈ ਕੇ ਹੈ ਨਾ ਮਹੀਨੇ ਦੀ ਵੇਟਿੰਗ ਉੱਤੇ ਦੇ ਦਿੰਦੇ ਨੇ ਪੈਟਰੋਲ ਤੇ ਹੋ ਫਿਰ ਤਾਂ ਇਹ ਪੈਟਰੋਲ ਤੇ ਆ ਜੀ ਪੈਟਰੋਲ ਤੇ ਆ ਤੇ ਡੱਬੇ ਲੱਗੇ ਆ 3। ਹਾਂ 3 ਡੱਬੇ ਆ ਜੀ ਤੇ ਗੋਪੀ ਵੀਰੇ ਪਰਲੇ ਪਾਸੇ ਦੀ ਆਓਗੇ ਮੜਾ ਜਿਹਾ ਹੌਲੀ ਹੌਲੀ ਮੈਂ ਤੁਹਾਨੂੰ ਮੈਂ ਦੱਸ ਦਿਆਂ ਵੀ ਇਹ ਦਿਖਾ ਦਈਏ ਵੀ ਸੋਹਣੀ ਕਿੰਨੀ ਆ ਇਹ ਆਹ ਛੱਤ ਮਤਲਬ ਕਿ ਚਲੋ ਧੁੱਪ ਧੁੱਪ ਨਾਲ ਖਰਾਬ ਤਾਂ ਨਹੀਂ ਹੁੰਦਾ ਕੱਪੜਾ ਜਿਹਾ? ਨਹੀਂ ਨਹੀਂ ਇਹ ਵੀ 5-7 ਸਾਲ ਕੋਈ ਪ੍ਰੋਬਲਮ ਨਹੀਂ ਇਹਨੂੰ ਰੰਗ ਵੀ ਨਹੀਂ ਖਰਾਬ ਹੁੰਦਾ ਇਹਦਾ 5-7 ਸਾਲ ਤੱਕ ਚੱਲੂਗਾ ਹਨਾ। ਹਾਂਜੀ ਹਾਂਜੀ ਬਿਲਕੁਲ ਤਾਂ ਸੀਟਾਂ ਵੀ ਲਗਜ਼ਰੀ। ਹਾਂ ਆ ਹੈਗੀਆਂ ਮੇਨ ਇਹ ਮੇਨ ਜਵਾਕ ਇਹਦੇ ਵਿੱਚ ਲੜਿਆ ਕਰਨਗੇ ਵੀ ਮੂਹਰੇ ਡਰਾਈਵਰ ਕੋਲੇ ਮੈਂ ਬੈਠਾ ਡਰਾਈਵਰ ਵਾਲੀਆਂ ਸੀਟਾਂ ਆਈਆਂ ਡੱਬੇ 'ਚ ਬਹੁਤ ਲਗਜ਼ਰੀ ਸਵਾਣਾ ਫੀਲਿੰਗ ਆ ਇਹ ਲਗਜ਼ਰੀ ਫੀਲਿੰਗ ਵਾਲੀਆਂ ਤੇ ਇਦੋਂ ਬਿਨਾ ਆ ਜੀ ਆ ਗਏ ਸੈਂਪਲ ਡੱਬੇ ਆ ਡੱਬੇ ਆ ਗਏ ਜੀ ਇਹਦੇ ਚ ਵੀ ਲਗਭਗ 15 ਬੱਚੇ ਬਹਿ ਜਾਂਦੇ ਆ 15 ਬੱਚੇ ਬਹਿ ਜਾਂਦੇ ਆ ਖਿੜਕੀਆਂ ਆ ਬਾਰੀਆਂ ਵਿੰਡੋ ਦਿੱਤੀਆਂ ਹੋਈਆਂ ਖੁੱਲਦੀਆਂ ਇਹ ਹਾਂ ਹਾਂ ਜੀ ਬਿਲਕੁਲ ਥੋੜਾ ਕਰੜਾ ਹਨਾ ਹਜੇ ਨਵਾਂ ਬੱਚੇ ਆਪ ਨਾ ਖੋਲਣ ਇਸ ਕਰਕੇ ਥੋੜਾ ਟਾਈਟ ਰੱਖੀਦਾ ਇਹਨੂੰ ਆ ਵੀ ਲੋਜੀਕਲ ਕੋਈ ਨਰਸਰੀ ਕੇ ਜਾਣੇ ਨੇ ਬਹਿਣਾ ਦੂਜਿਆਂ ਦਾ ਕਾਹਦਾ ਬਹਿਣਾ ਸਕਵਾ ਦੇਖੋ ਇਦਾਂ ਬਾਰੀ ਦਿੱਤੀ ਹੋਈ ਹੈ ਵਿੰਡੋ ਦਿੱਤੀ ਹੋਈ ਚੜ੍ਹਨ ਲਈ ਖਿੜਕੀ ਹੋ ਗਈ ਤੇ ਆ ਵੀਲਸ ਵਗੈਰਾ ਪਈ ਇਹ ਵੀ ਪੂਰੇ ਓਕੇ ਕੰਮ ਆ ਹਨਾ ਬਿਲਕੁਲ ਹਾਂ ਜੀ ਤੇ ਮੰਨ ਕੇ ਚਲੋ ਮੰਨ ਕੇ ਕਿੰਨੀ ਸਪੀਡ ਤੇ ਚੱਲਦੀ ਹੈ ਇਹ ਜਿਵੇਂ ਗਰਾਊਂਡ ਵਗੈਰਾ ਤਾਂ 20 ਦੀ ਸਪੀਡ ਤੋਂ 30 ਸਪੀਡ ਚਲਾਣੀ ਹੁੰਦੀ ਆ ਵੈਸੇ ਜਦੋਂ ਇਹਨੂੰ ਲੈ ਕੇ ਜਾਂਦੇ ਆ ਤੇ 50 ਤੋਂ 60 ਸਪੀਡ ਤੱਕ ਇਹਦੇ ਸਪੀਡ ਗਵਰਨਰ ਵੀ ਲੱਗ ਸਕਦਾ ਕਿ ਯਾਰੀ ਕੋਈ ਸ਼ਰਾਰਤ ਨਾ ਕਰੇ ਕਿਉਂਕਿ ਬੱਚਿਆਂ ਦਾ ਮਸਲਾ ਹੈ ਨਾ ਬੱਚਿਆਂ ਦਾ ਮਸਲਾ ਇਸ ਕਰਕੇ ਇਹਦੇ ਲਈ ਮਤਲਬ ਇਹ ਆਮ 20 ਤੋਂ 30 ਦੀ ਸਪੀਡ ਤੇ ਚੱਲਦੀ ਹੈ ਗਰਾਊਂਡ ਤੇ ਮੰਨ ਕੇ ਜਿਹੜੀ ਸਸਪੈਂਸ਼ਨ ਕਿਵੇਂ ਕੋਈ ਪਾਰਟ ਦੀ ਪੁੱਲ ਦੀ ਤਾਂ ਨਹੀਂ? ਨਹੀਂ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਸਾਰੀ ਪੂਰੇ ਚੌੜੇ ਪੂਰੇ ਸੈਂਟਰ ਪਿੰਨ ਵਗੈਰਾ ਲੱਗੀ ਆ ਮੋਰਲੇ ਇਸੇ ਨਾਲ ਘੁੰਮਦੇ ਆ ਡੱਬਿਆਂ ਦੇ ਸਾਰਿਆਂ ਦੇ ਬਾਕੀ ਥੋੜੇ ਜਿਹੇ ਥਾਂ 'ਚ ਉਹਨਾਂ ਨੂੰ ਚੀ ਰਹਿਣੀ ਹੁੰਦੀ ਆ ਹਨਾ ਇਹ ਨਹੀਂ ਆ ਵੀ ਤੁਸੀਂ ਭਾ ਕੇ ਤੇ ਵੀ ਚੱਲ ਯਾਰ ਚੰਡੀਗੜ੍ਹ ਨੂੰ ਖਿੱਚੋ ਹਨਾ ਉਹ ਲਾਪਰਵਾਹੀ ਹੋ ਉਹ ਲਾਪਰਵਾਹੀ ਹੈ ਜੀ ਦੇਖੋ ਇਹਦਾ ਟੈਕਸ ਵਗੈਰਾ ਨਹੀਂ ਔਨ ਰੋਡ ਤਾਂ ਨਹੀਂ ਹੈਗੀ ਪ੍ਰੂਫ ਦੇ ਜਸਟ ਇਹ ਤਾਂ ਇੱਕ ਹੋਮ ਗਰਾਊਂਡ ਦੇ ਵਿੱਚ ਆ ਨਾ ਹੋਮ ਗਰਾਊਂਡ ਲਈ ਬਣੀ ਆ ਆ ਐਂਪ ਵਗੈਰਾ ਤੇ ਸਪੀਕਰ ਧਰਤੇ ਤੁਸੀਂ ਹਾਂ ਸਪੀਕਰ ਵਗੈਰਾ ਸਾਰੇ 뮤직 ਸਿਸਟਮ ਲੱਗਿਆ ਸਾਰੀ ਟ੍ਰੇਨ 'ਚ ਬੱਚਿਆਂ ਲਈ ਚੱਲ ਛਈਆਂ ਛਈਆਂ ਗਾਣਾ ਲਾ ਕੇ ਹੈਨਾ ਜਵਾਕ ਜਿਹੜਾ ਦੇ 40 ਪੋਇਮ ਵਗੈਰਾ ਲਾਉਣੀ ਆ ਜਾਂ ਕੁਝ ਵੀ 뮤직 ਚੱਲਣਾ ਹਾਂ ਸਹੀ ਆ ਸਹੀ ਆ ਆ ਦੇਖ ਇਧਰਲੇ ਪਾਸੇ ਆ ਜਾਓ ਗੁੱਪੀ ਦਿਖਾ ਦਈਏ ਆ ਵੀ ਇਧਰਲੇ ਪਾਸੇ ਸੇਮ ਦੇ ਸੀਟਾਂ ਬਹੁਤ ਸੋਹਣੀਆਂ ਬਾਈ ਜੀ ਸਾਰੀਆਂ ਲੈਦਰ ਵਗੈਰਾ ਨਾਲ ਹੀ ਮਤਲਬ ਬਣੀਆਂ ਬੱਚਿਆਂ ਦੀ ਸੇਫਟੀ ਦਾ ਧਿਆਨ ਰੱਖ ਕੇ ਬਿਲਕੁਲ ਬਿਲਕੁਲ ਆ ਦੇਖੋ ਤੇ ਇਹ ਜਾਂ ਕੁਝ ਹੋ ਗਿਆ ਤੇ ਬਾਈ ਜੀ ਇਦੋਂ ਬਿਨਾਂ ਆਪਣੇ ਸ਼ਾਪ ਤੇ ਵੀ ਹਨਾ ਸ਼ੋਰੂਮ ਤੇ ਵੀ ਸਾਰੇ ਝੂਲੇ ਵਗੈਰਾ ਸਾਰਾ ਕੁਝ ਸਾਰੇ ਝੂਲੇ ਵਗੈਰਾ ਉੱਥੇ ਵੀ ਤੁਹਾਨੂੰ ਲੈ ਕੇ ਜਾਊਂਗਾ ਘਰਾਂ 'ਚ ਰੱਖਣ ਵਾਸਤੇ ਝੂਲੇ ਮਤਲਬ ਸਕੂਲਾਂ ਵਾਲੀ ਸੈਸਰੀ ਸਲਾਈਡਰ ਕੀ ਹੋਇਆ
ਕਈ ਚੀਜ਼ਾਂ ਜਿੰਨੀਆਂ ਵੀ ਸਕੂਲ 'ਚ ਹੁੰਦੀਆਂ ਵਾ ਘੁੰਮਣ ਜੇ ਵਾਲੇ ਹੈ ਨਾ ਸਾਰਾ ਕੁਛ ਹੀ ਛੋਟੀ ਪਲੇਵੇ ਸਕੂਲ ਤੋਂ ਲੈ ਕੇ ਹਰੇਕ ਤਰ੍ਹਾਂ ਦਾ ਝੂਲਾ ਮਿਲ ਜਾਂਦਾ ਪਲੇਵੇ ਸਾਰਾ ਸਕੂਲ ਮਿਲ ਜਾਣਾ ਹਾਂਜੀ ਹਾਂਜੀ ਅਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਅਤੇ ਦੂਜੀ ਗੱਲ ਇਹ ਸਰਕਾਰੀ ਸਕੂਲਾਂ ਵਾਲਿਆਂ ਵਾਸਤੇ ਖਾਸ ਰਹਿਤ ਹੁੰਦੀ ਆ ਬਾਈ ਜੀ ਵਾਸਤੇ ਆਪਣੇ ਕੋਲ ਸਾਰਾ ਕੁਛ ਅਵੇਲੇਬਲ ਹੁੰਦਾ ਮੰਨ ਲਓ ਜਿਵੇਂ ਕੋਈ ਗ੍ਰਾਂਟ ਆਉਂਦੀ ਆ ਪਿੱਛੇ ਉਹਨਾਂ ਨੂੰ ਆਰਮੀ ਪਾਰਕ ਦੀ ਗ੍ਰਾਂਟ ਆਈ ਸੀ ਤਾਂ ਉਹ ਸਾਰੇ ਸਕੂਲਾਂ ਨੂੰ ਆਪਾਂ ਮਲ ਦਿੱਤਾ ਜੀ ਇੱਕ ਵਾਰ ਆਹ ਗੁੱਪੀ ਵੀ ਮਾੜਾ ਨੇੜੇ ਕਰਕੇ ਦਿਖਾ ਦਈਏ ਆਪਾਂ ਆਹ ਅੰਦਰਲੇ ਪਾਸੋਂ ਇਹ ਹਿਸਾਬ ਕਿਤਾਬ ਦਾ ਵਾ ਦੇਖੋ ਆਹ ਤੁਹਾਨੂੰ ਨਜ਼ਰ ਆਜੂ ਇੱਧਰਲੇ ਪਾਸੇ ਅਤੇ ਇਹ ਹਿਸਾਬ ਕਿਤਾਬ ਦਾ ਕੰਮ ਆ ਇਹਦਾ ਆ ਰਿਹਾ ਜੀ ਸਹੀ ਆਹ ਦੇਖੋ ਸਟੇਅਰਿੰਗ ਵਗੈਰਾ ਕੀ ਸੀਟਾਂ ਸੁੱਟਾਂ ਬਹੁਤ ਕਮਾਲ ਦਿੱਤੀਆਂ ਹੋਈਆਂ ਸਾਈਡ ਮਿਰਰ ਹੋ ਗਿਆ ਤਾਂ ਜੀ ਪੀ ਐਸ ਵਗੈਰਾ ਵੀ ਲਵਾ ਸਕਦੇ ਹੋ ਸਾਰਾ ਕੁਛ ਬਾਕੀ ਜਿੰਨੀ ਸਹੂਲਤ ਹੋਵੇ ਸਪੀਡ ਗਵਰਨਰ ਚਾਹੋ ਤਾਂ ਉਹ ਵੀ ਲੱਗ ਜੂਗਾ ਬਿਲਕੁਲ ਜੀ ਬਿਲਕੁਲ ਤਾਂ ਕੈਮਰਾ ਲੱਗ ਸਕਦਾ ਰਿਕਾਰਡਿੰਗ ਲਈ ਵੀ ਕੋਈ ਬੱਚੇ ਦੀ ਮੂਵਮੈਂਟ ਰਿਕਾਰਡ ਕਰਨੀ ਆ ਦੇਖੋ ਜਿਹੜੀ ਅਗਲੇ ਦੀ ਆਪਸ਼ਨ ਆਪਾਂ ਉਹ ਐਡ ਕਰ ਹਾਂ ਜੋ ਵੀ ਬਥੇਰਾ ਕੁਛ ਫਿੱਟ ਕੀਤਾ ਜਾ ਸਕਦਾ ਵਾ ਤੇ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਤੇ ਆਹ ਤੇ ਆਪਾਂ ਚੱਲ ਗਏ ਸ਼ੋਰੂਮ ਤੇ ਫਿਰ ਸ਼ੋਰੂਮ ਤੇ ਚੱਲਦੇ ਹਾਂ ਜੋ ਤੇ ਆ ਜਾਓ ਤੁਹਾਨੂੰ ਮੈਂ ਸ਼ੋਰੂਮ 'ਚ ਲੈ ਚੱਲਣਾ ਸ਼ੋਰੂਮ ਦਾ ਨਾਂ ਸੁਣ ਕੇ ਡਰ ਵੀ ਨਾ ਜਾਇਓ ਬੰਦਾ ਹਿਸਾਬ ਕਿਤਾਬ ਵਾਲਾ ਹੀ ਆ ਤੇ ਵੀਰੇ ਆਹ ਯਾਰ ਆਹ ਆਲਣਾ ਜਿਹਾ ਹਾਂਜੀ ਇਹ ਬੜਾ ਸੋਹਣਾ ਇਹ ਕਿੰਨੇ ਕਿਤਾ ਹੋਊਗਾ ਤੇ ਕੀ ਖਾਸੀਅਤ ਹੈ ਸੌਦਾ ਵੀਰ ਜੀ 6500 ਰੁਪਏ ਦਾ ਬਹਿ ਜਾ ਡਿੱਗਦਾ ਨਹੀਂ 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 ਡਿੱਗਦਾ ਨਹੀਂ ਕੋਈ ਦਿੱਕਤ ਅੱਛਾ 6500 ਦਾ ਹਾਂਜੀ 6500 ਰੁਪਏ ਦਾ ਜੀ ਯਾਰ ਹੈ ਤਾਂ ਚੀਜ਼ ਘੈਂਟ ਆ ਜੀ ਤਾਂ ਰੱਖਣਾ ਵਿੱਚੇ ਗੱਦੀ ਵਗੈਰਾ 6500 ਦਾ ਅੱਛਾ ਗੱਦੀ ਵੀ ਨਾਲ ਹੀ ਨਾਲ ਹੀ ਆ ਜੀ ਨਾਲ ਹੀ ਆ ਨਾ ਅੱਛਾ 6500 ਦੀ ਇਹ ਵਿਸ਼ੇਸ਼ਤਾ ਕੀ ਖਾਸ ਆ ਖਰਾਬ ਗਰੂ ਕੀ ਨਹੀਂ ਹੁੰਦਾ ਇਹਦਾ ਨਹੀਂ ਕੁਛ ਨਹੀਂ ਹੁੰਦਾ ਜੀ ਬਹੁਤ ਵਧੀਆ ਆਈਟਮ ਆ ਇਹਨੂੰ ਇੰਡੋਰ ਵੀ ਰੱਖ ਸਕਦੇ ਹੋ ਬਾਹਰ ਅੰਦਰ ਲੌਬੀ ਵਗੈਰਾ 'ਚ ਵੀ ਰੱਖ ਲੈਂਦੇ ਆਪਣੇ ਘਰਾਂ 'ਚ ਆਮ ਬਹੁਤ ਵਿਹੜੇ 'ਚ ਰੱਖਣਾ ਵਿਹੜੇ 'ਚ ਰੱਖ ਲਓ ਕੋਠੇ 'ਤੇ ਰੱਖ ਲਓ ਕੋਠੇ 'ਤੇ ਰੱਖ ਲਓ ਜੇ ਡਰਾਇੰਗ ਰੂਮ 'ਚ ਰੱਖਣਾ ਡਰਾਇੰਗ ਰੂਮ 'ਚ ਲੌਬੀ 'ਚ ਬੱਚਿਆਂ ਨੇ ਜੇ ਜੋ ਚੱਲੇਗਾ ਤੁਹਾਡੇ ਘਰੇ ਖਿੱਚ ਧੂ ਕਰੀ ਚਲੋ ਜੋ ਮਰਜ਼ੀ ਕਰੀ ਚਲੋ ਯਾਰ ਸੋਹਣੀ ਆ ਚੀਜ਼ ਹੈ ਨਾ ਹਾਂਜੀ ਹਾਂ ਆਹ ਗੱਦੀ ਵੀ ਦਿੱਤੀ ਆ ਨਾਲ ਹੀ ਲੈ ਲੈ ਆਹ ਦੇਖ ਲਓ ਘਰਾਂ ਜੇ ਇਦੋਂ ਵੱਡਾ ਹੋਊਗਾ ਵੱਡੇ ਵੀ ਮਿਲ ਜਾਂਦੇ ਆ ਡਬਲ ਵਾਲਾ ਵੀ ਬੈਠ ਜਾਂਦਾ ਇਹ ਸਿੰਗਲ ਬੰਦੇ ਵਾਲਾ ਉਹ ਡਬਲ ਬੰਦੇ ਵਾਲੇ ਵੀ ਆ ਗਿਆ ਉੱਪਰ ਸ਼ੋਰੂਮ 'ਚ ਪਏ ਆ ਸਾਰੇ ਜੀ ਹਾਈ ਤਾਂ ਆਪਾਂ ਸ਼ੁਰੂ ਹੀ ਕੀਤਾ ਕੰਮ ਆ ਬੱਚਿਆਂ ਵਾਸਤੇ ਹੈ ਨਾ ਆ ਪਲੇਵੇ ਸਕੂਲਾਂ ਲਈ ਟ੍ਰੈਂਪੋਲੀਨ ਵਗੈਰਾ ਆਪਣੇ ਕੋਲ ਮਿਲ ਜਾਂਦੇ ਆ ਸਾਰੇ ਜੰਪ ਜੇ ਕਰੀ ਚੱਲੋ ਜੰਪ ਵਾਲਾ ਜਿਹੜਾ ਜੰਪਿੰਗ ਇਹ ਛੋਟੇ ਸਾਈਜ਼ ਦਾ ਤਾਂ ਵੱਡੇ ਸਾਈਜ਼ ਵੀ ਮਿਲ ਜਾਂਦੇ ਆ ਆ ਆ ਗਈ ਬੱਸ ਇਹ ਆਪਣੇ ਕੋਲ ਇੱਕ ਬੱਸ ਬਣਾਈ ਆ ਆਪਾਂ ਜੰਪਿੰਗ ਵਾਲੀ ਜੰਪਿੰਗ ਵਾਲੀ ਲੈ ਹਾਂਜੀ ਬੱਚੇ ਨੂੰ ਆਪ ਹੀ ਹਿੱਲਣਾ ਉਹਨਾਂ ਨੇ ਆਪ ਹੀ ਹਿੱਲੀ ਜਾਣਾ ਆਪ ਹੀ ਹਿੱਲੀ ਜਾਂਦੀ ਹੈ ਅੱਜ ਦੇਖੋ ਤੇ ਲੈ ਸ਼ਾਕਰ ਹੀ ਟੁੱਟਦੇ ਨਹੀਂ ਨਾ ਨਾ ਕੋਈ ਦਿੱਕਤ ਨਹੀਂ 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 ਇਹ 'ਚ ਲਗਭਗ 12-13 ਬੱਚੇ ਆਰਾਮ ਨਾਲ ਬੈਠ ਜਾਂਦੇ ਆ ਅੱਛਾ 9 ਬੱਚਿਆਂ ਲਈ ਬਣਾਈ ਆ ਕੋਈ ਦਿੱਕਤ ਨਹੀਂ ਹੈਗੀ 12-13 ਯਾਰ ਉਹਨਾਂ ਨੇ ਤੇ ਇਹ ਫਿਰ ਗੱਲ ਹੈ ਵੀ ਸਵਾਦ ਲੈਣਗੇ ਅਸੀਸਾਂ ਦੇਣਗੇ ਜਿਹੜੇ ਪ੍ਰਿੰਸੀਪਲ ਨੇ ਕਹਿਤਾ ਵੀ ਆਹ ਲਾਉਣਾ ਹਾਂਜੀ ਹਾਂ ਹੈ ਤੇ ਗੱਲ ਹੈਗੀ ਇਹ ਆ ਵੀ ਆਹ ਜੀ ਵਧੀਆ ਯਾਰ ਮਨੋਰੰਜਨ ਲਈ ਹਨਾ ਬਾਈ ਬਹੁਤ ਵਧੀਆ ਆਈਟਮ ਬਣੀ ਹੈ ਤੇ ਰੇਟ ਤੁਸੀਂ ਹਿਸਾਬ ਨਾਲ ਕਰ ਹੀ ਲੈਣਾ ਹੈ ਹਾਂਜੀ ਹਾਂ ਬਿਲਕੁਲ ਬਿਲਕੁਲ ਆਓ ਇੱਧਰ ਕਰਾਂ ਤੇ ਇੱਕ ਦੂਬਰਾ ਆ ਚਿੜੀ ਜੀ ਕੀ ਰੱਖੀ ਆਹ ਇਹ ਵੀ ਬੱਤਕ ਹੈ ਸਪ੍ਰਿੰਗ ਵਾਲੀ ਜੀ ਇਹਦੇ ਉੱਪਰ ਵੀ ਇਹ ਬੱਚਿਆਂ ਦੇ ਥੱਲੇ ਗੱਡੀ ਜਾਣੀ ਆ ਉੱਪਰ ਬੱਚੇ ਬੈਠ ਕੇ ਇੱਥੇ ਵੀ ਕੱਲੇ ਕੱਲੇ ਬੱਚੇ ਵਾਲੀ ਹੈ ਅੱਛਾ ਕੱਲਾ ਕੱਲਾ ਬੈਠਾ ਬੈਠ ਕੇ ਝੂਟਾ ਲੈਣ ਹਾਂ ਜੀ ਝੂਟਾ ਲੈਣ ਲਈ ਜੀ ਮੂੰਹ ਮਾਪ ਟੱਕ ਕੇ ਰੱਖਿਆ ਇਹਦਾ ਤੇ ਆ ਆ ਗਈ ਇਹ ਆਪਣੇ ਕੋਲ ਆ ਗਈ ਆਊਟਡੋਰ ਜਿਮ ਆ ਗਈ ਜੀ ਆਊਟਡੋਰ ਜਿਮ ਜਿਹੜੀਆਂ ਹੁਣ ਪੰਚਾਇਤ ਘਰਾਂ ਜਾਂ ਜੇ ਪਈਆਂ ਹਾਂ ਬਿਲਕੁਲ ਜੀ ਬਿਲਕੁਲ ਹਾਂ ਦੇਖੋ ਲੈ ਇਹ ਹਲੇ ਆਪਾਂ ਫਿਕਸ ਤਾਂ ਨਹੀਂ ਕਰੀ ਵੈਸੇ ਇਹ ਕਿੰਨੇ ਕਿਦਾ ਹੋਊਂਦਾ ਅੱਜ ਆ ਇਹ 18,000 ਰੁਪਏ ਦਾ ਜੀ ਲੈ ਓਰੀਜਨਲ ਐਸਕੇਪ ਦੇ ਬੈਰੰਗਾਂ ਚ ਆਪਣੀ ਜਿਹੜੀ ਕੁਆਲਿਟੀ ਆਪਾਂ ਦੂਜਾ ਬੈਰੰਗ ਪਾਉਂਦੇ ਹੀ ਨਹੀਂ ਸੀਲਾਂ ਵਗੈਰਾ ਪਾਉਂਦੇ ਆ ਕੋਈ ਨਹੀਂ ਪਾਉਂਦਾ ਜੀ ਅੱਛਾ ਤੇ ਇਹਦੇ ਕੱਪ ਵੀ ਆਪਾਂ ਲੋਹੇ ਦੇ ਲਾਉਨੇ ਆ ਲੋਕਾਂ ਦੇ ਪਲਾਸਟਿਕ ਦੇ ਲਾ ਦਿੰਦੇ ਆ ਸਹੀ ਹੈ ਸਹੀ ਆ ਟ੍ਰੈਡ ਮਿਲ ਵੀ ਬਣਾਨੇ ਇੱਕ ਅਸੀਂ ਲੈ ਆ ਵੀ ਬਣਾਇਆ ਜਿਗਾੜ ਜਿਹਾ ਹਾਂਜੀ ਹਾਂਜੀ ਡੈਗੀ ਨਾ ਪਈ ਹਿਸਾਬ ਘੱਟ ਆ ਇਹਦਾ ਤੇ ਆ ਹੋ ਗਿਆ ਦੂਜਾ ਆ ਹਾਂਜੀ 에ਅਰ ਵਾਕਰ ਤੇ ਆ ਨਵਾਂ ਕਨਸੈਪਟ ਚਲਾਇਆ ਇੱਕ ਨਵਾਂ ਸੋ ਚਲਾ ਰਹੇ ਆ ਅਸੀਂ ਜਿਹੜਾ ਜਿਹਦੇ ਵਿੱਚ ਆਪਾਂ ਨਾ ਫਰਨੀਚਰ ਥੱਲੇ ਲੋਹੇ ਦਾ ਉੱਪਰ ਲੱਕੜ ਦਾ ਤੇ ਜਾਂ ਉੱਪਰ ਆਪਾਂ ਮਾਰਬਲ ਦਾ ਕੰਮ ਕਰਿਆ ਕਰਾਂਗੇ ਜਾਂ ਮਾਰਬਲ ਦਾ ਪੱਤ ਸਲੇਟ ਧਰਤੀ ਹਾਂਜੀ ਹਾਂ ਜਾਂ ਕੁਛ ਹੋਰ ਨਾ ਹਾਂਜੀ ਹਾਂਜੀ ਤੇ ਇਹ ਤਾਂ ਚਲੋ ਹੁਣ ਆਪਾਂ ਪਤਾ ਹੀ ਆ ਸਾਰੇ ਇਹ ਆਊਟਡੋਰ ਜਿਵੇਂ ਝੂਲਿਆਂ ਦੀਆਂ ਛਤਰੀਆਂ ਵਗੈਰਾ ਆ ਗਈਆਂ ਛਤਰੀਆਂ ਜਿਹੜਾ ਵੀ ਜੁਨੀ ਜਿਹੜੇ ਵੀ ਤੁਸੀਂ ਕਹਿਤਾ ਬਾਈ ਜੀ ਇੰਸਟਾ ਫੇਸਬੁੱਕ ਤੇ ਯੂਟਿਊਬ ਦਾ ਕੋਈ ਬੋਲਿਓ ਮੜਾ ਜੀ ਆਪਣਾ ਸਿੰਘ ਸਾਹਿਬ ਫੈਬਰੀਕੇਟਰ ਬਾਦਸ਼ਾਹਪੁਰ ਹਾਂ ਉੱਥੇ ਜਾ ਕੇ ਆਪਣੇ ਨਮੂਨੇ ਪਏ ਹੋਣਗੇ ਆਪਣੇ ਉੱਥੇ ਸਾਰੀਆਂ ਫੋਟੋ ਵਗੈਰਾ ਤੈਨੂੰ ਮਿਲ ਜਾਣਗੀਆਂ ਸਾਰਾ ਇਹ ਕਾਦੇ ਵਾਸਤੇ ਹੁੰਦਾ ਆ ਇਹ ਵੀ ਆਰਮ ਮੋਢਿਆਂ ਦੀ ਐਕਸਰਸਾਈਜ਼ ਵਾਸਤੇ ਆਊਟਡੋਰ ਜਿਮ ਦੇ ਪ੍ਰੋਡਕਟ ਆ ਗਏ ਜੀ ਅੱਛਾ ਠੀਕ ਆ ਜਿਮ ਬਾਕੀ ਕੋਈ ਆਪਣੇ ਕੋਲ ਲੋਹੇ ਦੇ ਫਰਨੀਚਰ ਝੂਲੇ ਵਗੈਰਾ ਮੰਨ ਲਓ ਲੋਹੇ ਦੇ ਬੈੱਡ ਵਗੈਰਾ ਬਣਵਾਉਣਾ ਚਾਹੁੰਦਾ ਸੋਫੇ ਵਗੈਰਾ ਅਸੀਂ ਉਹ ਵੀ ਲਿਆ ਰਹੇ ਹਾਂ ਅੱਗੇ ਔਨ ਆਰਡਰ ਤਾਂ ਬਣਾਉਂਦੇ ਹਾਂ ਹੁਣ ਅੱਗੇ ਅਸੀਂ ਡਿਵੈਲਪ ਕਰਾਂਗੇ ਸ਼ੋਰੂਮ 'ਚ ਵੀ ਰੱਖਾਂਗੇ ਤੇ ਤਾਂ ਵੀ ਚੱਲ ਗਏ ਮੜਾ ਦੇਖ ਕੇ ਉੱਪਰ ਚੱਲਦੇ ਆਜੋ ਤਾਂ ਵੀ ਦੇਖੀਏ ਤੇ ਆ ਬਾਈ ਜੀ ਹੈਗਾ ਕਿਤਾਬਾਂ ਰੱਖਣ ਵਾਸਤੇ ਕਿਤਾਬਾਂ ਵਗੈਰਾ ਰੱਖਣ ਲਈ ਪਲੇਵੇ ਸਕੂਲ ਚ ਹਾਂਜੀ ਜਵਾਕਾਂ ਦੇ ਇਹ ਪਲੇਵੇ ਸਕੂਲ ਦਾ ਸਮਾਨ ਆ ਗਿਆ ਮੈਨੂੰ ਲੱਗਦਾ ਵੀ ਘਰੇ ਵੀ ਜਿਹਦੇ ਦੋ ਜਵਾਕ ਉਹ ਵੀ ਰੱਖ ਸਕਦੇ ਉਹਨਾਂ ਕਿਹੜਾ ਮਨਾ ਕੀਤਾ ਕਿਸੇ ਨੇ ਨਹੀਂ ਬੱਚਿਆਂ ਨੂੰ ਆਦਤ ਪਾਉਣੀ ਚਾਹੀਦੀ ਆ ਉਹਦੇ ਨਾਲ ਬੱਚੇ ਜਿਵੇਂ ਅੱਗੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੁੰਦਾ ਰੱਖਣ
ਇਹ ਚੇਅਰ ਵਗੈਰਾ ਆ ਗਈਆਂ ਦੇਖੋ ਬਿਲਕੁਲ ਬਿਲਕੁਲ ਬਹੁਤ ਹੈਵੀ ਆ ਇਹ ਇਹਦੇ ਤੇ ਭਾਵੇਂ ਆਪਾਂ ਆਪਣਾ ਵਜਨ ਵੀ ਪਾ ਲਈਏ ਲੈ ਕਿਉਂ ਕੋਈ ਦਿੱਕਤ ਨਹੀਂ ਹੈਗੀ ਗਰੰਟੀ ਆ ਸਹੀ ਆ ਇਹ ਫੋਲਡ ਇਕੱਠੇ ਹੋ ਜਾਂਦੇ ਆ ਇਹ ਸਾਰੇ ਖੁੱਲ ਜਾਂਦੇ ਡੱਬੇ 'ਚ ਪੈਕ ਆ ਵੈਸੇ ਤਾਂ ਤੇ ਆਹ ਛਤਰੀ ਜੀ ਕਿੰਨੇ ਦੀ ਆਹਾ ਆਹਾ ਇਹ ਛਤਰੀ ਵੀ 500 ਰੁਪਏ ਦੀ ਹੈ ਜੀ ਸਰੇ ਇਹ ਕੋਟ ਛੱਤ ਤੇ ਲਾਉਣੀ ਹੋਵੇ ਯਾਰ ਛੱਤ ਤੇ ਲਾ ਲਓ ਜੀ ਆਪਣੇ ਪਾਰਕ 'ਚ ਰੱਖਣੀ ਆ ਤੁਸੀਂ ਤੇ ਬਹੁਤ ਵਧੀਆ ਜੈਕਟ ਮੰਨ ਕੇ ਉੜਦੀ ਤਾਂ ਨਹੀਂ ਇਹ ਨਹੀਂ ਨਹੀਂ ਉੜਦੀ ਵੀ ਨਹੀਂਗੀ ਉਦਾਂ ਵੀ ਇਕੱਠੀ ਕਰ ਹੋ ਜਾਂਦੀ ਹੈ ਦੇਖੋ ਹੈ ਆ ਇਕੱਠੀ ਕਰ ਲਓ ਲੈ ਜਿਸ ਹਿਸਾਬ ਤੇ ਕਰਨੀ ਉਸ ਹਿਸਾਬ ਤੇ ਕਰ ਲਓ ਯਾਰ ਆਹ ਛੱਤ ਤੇ ਰੱਖਣ ਨੂੰ ਵਧੀਆ ਮੈਂ ਤੇ ਆਉਂਦਾ ਕਬੂਤਰਾਂ ਵਾਲੀ ਵੀ ਲੈ ਕੇ ਜਾਇਆ ਕਰਦੇ ਆ ਧੁੱਪੇ ਵਿਚਾਰੇ ਬੈਠੇ ਰਹਿੰਦੇ ਆਪਦੀ ਛਤਰੀ ਹੈ ਹਾਂ ਪਾਰਕ 'ਚ ਰੱਖ ਸਕਦੇ ਆਪਾਂ ਤੇ ਇਹ ਇਹ ਵੱਡਾ ਆ ਗਿਆ ਡਬਲ ਵਾਲਾ ਵੱਡਾ ਡਬਲ ਵਾਲਾ ਆ ਗਿਆ ਆਪਾਂ ਦੋ ਜਣੇ ਬੈ ਸਕਦੇ ਆ ਚ ਇਹ ਦੋ ਜਣੇ ਇਹ ਕਿੰਨੇ ਦਾ ਹੋਊਗਾ ਇਹ 12,500 ਰੁਪਏ ਦਾ ਜੀ 12,500 ਦਾ ਹਾਂਜੀ ਇਹ ਥੋੜਾ ਜਿਹਾ ਬੰਦਾ ਪੈ ਵੀ ਸਕਦਾ ਇੱਥੇ ਦੋ ਜਣੇ ਪਰ ਥੋੜਾ ਖੁੱਲਾ 2 ਕੁਇੰਟਲ ਤੱਕ ਇਕੱਲੇ ਨੇ ਪੈਣਾ ਜਾਂ ਹੋਰ ਬੜਾ ਜਾਂ ਹਾਂਜੀ ਹਾਂਜੀ ਉਹ ਤੇ ਆ ਯਾਰ ਆ ਦੇਖੀ ਯਾਰ ਬੜਾ ਸੋਹਣਾ ਯਾਰ ਆ ਹਾਲ ਹੈ ਬੱਲੇ ਉਹ ਬੱਲੇ ਇਹ ਵੀ ਦੋ ਇਹ ਦੋ ਤਿੰਨ ਜਣੇ ਬੈ ਸਕਦੇ ਆ ਜੀ ਸੀਟ ਇਹਦੀ ਬੈੱਡ ਬਣ ਜਾਂਦੀ ਆ ਬੈੱਡ ਬਣ ਜਾਂਦੀ ਆ ਕਲਰ ਆਪਸ਼ਨ ਹੋਰ ਵੀ ਹੈਗੀ ਆ ਬਲੈਕ ਆ ਇਹਦੇ ਚ ਸਾਰੇ ਕਲਰ ਮਿਲ ਜਾਂਦੇ ਆਪਣੇ ਕੋਲ ਵਾਈਟ ਕਲਰ ਚ ਔਰੇਂਜ ਵਾਈਟ ਮਿਲ ਜਾਂਦਾ ਰੈੱਡ ਵਾਈਟ ਮਿਲ ਜਾਂਦਾ ਜੈਲੋ ਕਲਰ ਮਿਲ ਜਾਂਦਾ ਕਿੰਨੇ ਦਾ ਇਹ 26,000 ਰੁਪਏ ਦੀ ਮਾਡਲ ਆਪਣਾ ਕੋ ਦੇਖੋ ਸੁਣੋ ਦਰਸ਼ਕ ਗੱਲ ਦੱਸਦੇ ਆ ਰੇਟ ਹੈ ਹੁਣ ਦੇ ਸਮੇਂ ਦਾ ਇਹ ਅੱਜ ਦੇ ਸਮੇਂ ਦਾ ਰੇਟ ਕੋ ਲੋਹੇ ਘਟ ਗਿਆ ਵੱਧ ਗਿਆ ਹਨਾ ਤੁਸੀਂ ਬਾਅਦ ਚ ਜੱਜ ਦੀ ਆ ਕਰੋ ਪੈਸੇ ਇਹੋ ਜਿਹੇ ਦਰਸ਼ਕ ਹੈ ਨਹੀਂ ਆਪਣੇ ਠੀਕ ਹੈ ਤੇ ਪਰ ਫਿਰ ਵੀ ਕਈ ਵਾਰੀ ਹਨਾ ਐਵੇਂ ਕਿਸੇ ਕੋਲ ਡਾਊਟ ਨਾ ਰਵੇ ਮਨ ਸਾਰੇ ਮਾਡਲ ਹੀ ਆਪਣੇ ਜਿਵੇਂ ਬੈੱਡ ਬਣਾਉਣੇ ਐਵੇਂ ਬੈੱਡ ਬਣ ਜਾਂਦਾ ਆ ਬੈੱਡ ਬਣ ਜਾਂਦਾ ਆ ਲੈ ਇਹਦੇ ਦੇ ਇਹ ਮਾਡਲ ਆਪਣਾ ਜਿਵੇਂ 6 ਫੁੱਟ ਦਾ ਲੰਬਾ ਬੰਦਾ ਲੰਮਾ ਵੀ ਪੈ ਸਕਦਾ ਆ ਚਾਰ ਬੰਦੇ ਵਧੀਆ ਬਹਿ ਕੇ ਤਾਂ ਖੇਡ ਸਕਦੇ ਇਹਦੇ ਤੇ ਕੋਠੇ ਦੇ ਅੱਡ ਬਹਿ ਕੇ ਕਿਤੇ ਮੋਟਰ ਬੈਰਿੰਗ ਵਗੈਰਾ ਪਏ ਹੋਏ ਉੱਪਰ ਸਾਰਿਆਂ ਦੇ ਬੈਰਿੰਗ ਬੁਰੰਗ ਪਾਏ ਹੋਏ ਆ ਵੀਰੇ ਹੁਣਾਂ ਦੇ ਹਾਂਜੀ ਆਜੋ ਇੱਧਰ ਦੇਖੀਏ ਆ ਵੀ ਇੱਕ ਯੂਨੀਕ ਆ ਜਿਵੇਂ ਕਲਾਸਿਕ ਲੁੱਕ ਜੀ ਰੇਲਵੇ ਸਟੇਸ਼ਨਸ ਤੇ ਹੁੰਦੀ ਸੀ ਹਾਂਜੀ ਹਾਂਜੀ ਇਹ ਫਾਈਬਰ ਦਾ ਸਾਰਾ ਮਾਡਲ ਹੈ ਫਾਈਬਰ ਦਾ ਹੋ ਗਿਆ ਕਲਾਸਿਕ ਲੁੱਕ ਹੋ ਗਈ ਇਹ ਆਪਣੇ ਕੋਲ ਲੋਹੇ ਚ ਹੋ ਗਿਆ ਲੋਹੇ ਦਾ ਹੋ ਗਿਆ ਚੱਕਾ ਜਿਹਾ ਤੁਹਾਨੂੰ ਦੱਸ ਜੂਗਾ ਆ ਹਿਸਾਬ ਕਿਤਾਬ ਦਾ ਆ ਜਿਵੇਂ ਅੱਗੇ ਬੈਂਤ ਜੇ ਦੇ ਆਉਂਦੇ ਹੁੰਦੇ ਸੀ ਉਹ ਡਿਜ਼ਾਈਨ ਹਾਂ ਇਹ ਪਲਾਸਟਿਕ ਚ ਆਪਣੇ ਕੋਲ ਪਲਾਸਟਿਕ ਨਾਲੇ ਆ ਗਏ ਜੀ ਇਹ ਕਿੰਨੇ ਦਾ ਸੈੱਟ ਹੋਊ ਬਰੇ ਇਹ 12,000 ਰੁਪਏ ਦਾ ਸੈੱਟ ਹੈ ਜੀ 12,000 ਦਾ ਸੈੱਟ ਹੈ ਹਾਂਜੀ ਦੇਖੋ ਕਿਹੜਾ ਤੇ ਇਹ ਤੋਂ ਬਿਨਾ ਬਹੁਤ ਸਾਰੀ ਫੋਟੋ ਭੇਜ ਦਿਓ ਤੁਸੀਂ ਕੋਈ ਵੀ ਤੇ ਕੋਈ ਵੀ ਫੋਟੋ ਆਪਾਂ ਨੂੰ ਦਿਖਾ ਕੇ ਆਪਾਂ ਉਹ ਚੀਜ਼ ਬਣਾ ਦਿੰਦੇ ਹਾਂ ਲੋ ਇਹਨਾਂ ਜੁੜੀ ਹੋਈ ਆ ਦੇਖੋ ਇਹੋ ਜਿਹੀਆਂ ਚੀਜ਼ਾਂ ਇਹ ਉਹ ਚੀਜ਼ਾਂ ਨੇ ਆਊਟਡੋਰ ਰੱਖ ਸਕਦੇ ਹਾਂ ਆਊਟਡੋਰ ਰੱਖ ਸਕਦੇ ਹਾਂ ਤੇ ਆ ਇਹ ਜਾਂ ਕੁਝ ਤੁਹਾਨੂੰ ਪਤਾ ਪਿਆ ਫਾਈਬਰ ਦੀ ਸਲਾਈਡਰ ਵਗੈਰਾ ਆ ਗਈਆਂ ਪਲੇਵੇ ਸਕੂਲਾਂ ਵਾਸਤੇ ਜੀ 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 ਤੇ ਜੇ ਹੋਰ ਵੈਰਾਈਟੀ ਦਿਖਾਉਣ ਲੱਗ ਜੀ ਤਾਂ ਸਾਰਾ ਦਿਨ ਆਪਣਾ ਇੱਥੇ ਹੀ ਲੰਘ ਜੂਗਾ ਤੇ ਭਰਾ ਕਰ ਦਈਏ ਧੰਨਵਾਦ ਆਪਾਂ ਹਾਂਜੀ ਹਾਂਜੀ ਬਿਲਕੁਲ ਜੀ ਤੇ ਧੰਨਵਾਦ ਵੀਰੇ ਠੀਕ ਹੈ ਤੇ ਦਰਸ਼ਕੋ ਸਵਾਵਾਂ ਲੈ ਸਕਦੇ ਹੋ ਰੇਲ ਗੱਡੀ ਵੀ ਤੁਹਾਨੂੰ ਮਿਲ ਜੂਗੀ ਜਿਹੇ ਜਿਹਾ ਡਿਜ਼ਾਈਨ ਕਹੋਗੇ ਉਹੋ ਜਿਹਾ ਤੇ ਉਦੋਂ ਬਾਅਦ ਝੂਲੇ ਕੀ ਇਸ ਕੀ ਉਹ ਸਲਾਈਡਰ ਕੀ ਕੁਛ ਵੀ ਕਹਿ ਲਓ ਕਿ ਉਹ ਸਾਰਾ ਕੁਛ ਤੁਹਾਨੂੰ ਮਿਲ ਜਾਣਾ ਸਕੂਲਾਂ ਵਾਲਿਆਂ ਵਾਸਤੇ ਖਾਸ ਪ੍ਰਬੰਧ ਆ ਸਰਕਾਰੀ ਸਕੂਲਾਂ ਨੂੰ ਤਾਂ ਬੜੀ ਰਹਿਤ ਆ ਬਿਲਕੁਲ ਜੈਨੂਨ ਇਹ ਮੈਂ ਆਪ ਕਹਿ ਚੱਲਿਆ ਵਾਂ ਪੰਚਾਇਤਾਂ ਵਾਸਤੇ ਆਊਟਡੋਰ ਜਿਮ ਵਗੈਰਾ ਆਪਣੇ ਕੁਝ ਸਪੈਸ਼ਲ ਆਈਟਮ ਉਹ ਸਰਕਾਰੀ ਵਾਲਿਆਂ ਕੋਲ ਵਿਚਾਰਿਆਂ ਕੋਲ ਉਹਨਾਂ ਕੀ ਹੁੰਦਾ ਫਿਰ ਐਡਜਸਟਮੈਂਟ ਕਰਨਾ ਹੁੰਦਾ ਨਾ ਹਾਂਜੀ ਹਾਂਜੀ ਤੇ ਦਰਸ਼ਕ ਵਾਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਧੰਨਵਾਦ।